ਅਨੰਦਪੁਰਾ ਚ ਹੋਏ ਗੋਲੀਕਾਂਡ ਨੇ ਹਿਲਾਤਾ ਸੀ ਪੂਰਾ ਪੰਜਾਬ। ਹੁਣ ਮੁਸਲਿਮ ਭਾਈਚਾਰੇ ਨੇ ਚੁੱਕਿਆ ਇੱਕ ਕਦਮ। ਪਿਛਲੇ ਦਿਨੀ ਮਜੀਠਾ ਦੇ ਨੇੜੇ ਪਿੰਡ ਅਨੰਦਪੁਰਾ ਚ ਇਸ ਗੋਲੀਕਾਂਡ ਨੇ ਹਰ ਇੱਕ ਦੀ ਰੂਹ ਕੰਬਾ ਕੇ ਰੱਖ ਦਿੱਤੀ ਸੀ, ਜਿੱਥੇ ਗੁੱਜਰ ਪਰਿਵਾਰ ਤੇ ਉਸ ਵੇਲੇ ਕਹਿਰ ਬਰਸ ਗਿਆ ਸੀ ਜੋ ਦੂਜੀ ਧਿਰ ਨੇ ਇਹਨਾਂ ਦੇ ਦੋ ਵਿਅਕਤੀਆਂ ਨੂੰ ਗੋਲੀ ਮਾਰ ਕੇ ਮਾਰ ਮੁੱਕਾ ਦਿੱਤਾ ਸੀ। ਮਾਮਲਾ ਅਜਿਹਾ ਦੱਸਿਆ ਜਾ ਰਿਹਾ ਸੀ ਕਿ ਪਿੰਡ ਦਾ ਗੁੱਜਰ ਸੁਰਮਦੀਨ ਆਪਣੀ ਰੇੜੀ ਤੇ ਖੇਤਾਂ ਵੱਲ ਪਸ਼ੂਆਂ ਦਾ ਚਾਰਾ ਲੈਣ ਜਾ ਰਿਹਾ ਸੀ ਕਿ ਸਾਹਮਣੇ ਪਾਸੋਂ ਤੋਂ ਜ਼ਿਮੀਦਾਰਾਂ ਦੇ ਵੀ ਮੁੰਡੇ ਟਰੈਕਟਰ ਟਰਾਲੀ ਤੇ ਖੇਤਾਂ ਤੋਂ ਆ ਰਹੇ ਸਨ। ਗੁੱਜਰ ਸੁਰਮਦੀਨ ਨੇ ट्राली वाले नौजवानों पासों रेड़ी लगाने वास्ते रस्ता मंगया, पर रस्ता देने की थान नौजवानों ने गाली गलोच करना शुरू कर दिता सी, जिस तों बाद जिमीदारां दे लड़के ने अपने नाल कुछ होर साथी भी बुला ले ते गुजरां दे डेरे ते हल्ला बोल दिता। इन्ने विच ही जिमीदारां दे मुंडियां चों किसी ने गोली चला दी, जिस दौरान दो गुजरां दी मौत हो गई सी। ਇਹ ਹੱਤਿਆ ਤੋਂ ਬਾਅਦ ਲਗਾਤਾਰ ਪਿੰਡ ਅਨੰਦਪੁਰਾ ਵਿਵਾਦਾਂ ਦੇ ਵਿੱਚ ਹੈ। ਉੱਥੇ ਹੁਣ ਅੰਮ੍ਰਿਤਸਰ ਦੇ ਮੁਸਲਿਮ ਭਾਈਚਾਰੇ ਵੱਲੋਂ ਇਕੱਤਰ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਸਿੱਖ ਅਤੇ ਮੁਸਲਿਮ ਭਾਈਚਾਰੇ ਦੀ ਸਾਂਝ ਕਾਇਮ ਰੱਖਣ ਲਈ ਮੁਲਾਕਾਤ ਕੀਤੀ ਗਈ। ਅੱਜ ਤੇ ਦੇਖੋ ਸਾਡਾ ਮਕਸਦ ਆਉਣ ਦਾ ਸੀ, ਸਾਡੇ ਅੰਮ੍ਰਿਤਸਰ ਸ਼ਹਿਰ ਦੇ ਸਾਰੇ ਜਿਹੜੇ ਮੌਲਵੀ ਸਾਹਿਬਾਨ ਮਸਜਿਦਾਂ ਦੇ ਇਮਾਮ ਸਾਹਿਬ ਮੇਰੇ ਨਾਲ ਸੀ ਅੱਜ, ਤੇ ਆਪਾਂ ਇੱਕ ਭਾਈਚਾਰਾ ਦਾ ਸੰਦੇਸ਼ ਦੇਣ ਵਾਸਤੇ ਇੱਕ ਅਰਦਾਸ ਕਰਨ ਵਾਸਤੇ ਆਪਾਂ ਇੱਥੇ ਆਏ ਸੀ। ਅਤੇ ਜਥੇਦਾਰ ਸਾਹਿਬ ਨੂੰ ਮੁਲਾਕਾਤ ਹੋਈ, ਬੜੇ ਪਿਆਰ ਦੇ ਨਾਲ ਆਪਾਂ ਉਹਨਾਂ ਦਾ ਬੈਠੇ ਹਾਂ। ਕੋਈ ਇਸ਼ੂ ਕੋਈ ਇਹੋ ਜਿਹਾ ਨਹੀਂ ਸੀ, ਸਿਰਫ ਇੱਕ ਭਾਈਚਾਰਾ ਦਾ ਮੈਸੇਜ ਦੇਣਾ ਸੀ, ਬਾਕੀ ਕੋਈ ਉਹ ਲੰਬਾ ਚੌੜਾ ਕੋਈ ਐਸਾ ਮੈਟਰ ਨਹੀਂ ਸੀ। ਦੇਖੋ ਉਹ ਹੋਇਆ ਇੰਸੀਡੈਂਟ ਹੋਇਆ, ਉਹ ਪ੍ਰਸ਼ਾਸਨ ਦਾ ਕੰਮ ਕੀ ਹੈ ਕੀ ਨਹੀਂ ਉਹ ਤਾਂ ਆਪੇ ਦੇਖਣਗੇ। ਸਾਡਾ ਤਾਂ ਮਕਸਦ ਸੀ ਕਿ ਜੇ ਕੋਈ ਲੋਕ ਇਸ ਮਸਲੇ ਨੂੰ ਲੈ ਕੇ ਕੋਈ ਗਲਤ ਤਰੀਕੇ ਨਾਲ ਕਿਸੇ ਨੇ ਫੇਸਬੁੱਕ ਜਾਂ ਵਟਸਐਪ 'ਤੇ ਕੋਈ ਗਲਤ ਚੀਜ਼ਾਂ ਪਾ ਰਹੇ ਜਾਂ ਕੋਈ ਅਫਵਾਹ ਫੈਲਾਉਣ ਦੀ ਕੋਸ਼ਿਸ਼ ਕਰ ਰਹੇ, ਆ ਸਾਡਾ ਮੈਸੇਜ ਕਿ ਸਿੱਖ ਮੁਸਲਿਮ ਭਾਈਚਾਰਾ ਇਕੱਠਾ ਮਜ਼ਬੂਤ ਹੈ, ਸ਼ੁਰੂ ਤੋਂ ਮਜ਼ਬੂਤ ਰਿਹਾ, ਬੜਾ ਪਿਆਰ ਸਾਡਾ ਆਪਸ ਦੇ ਵਿੱਚ ਰਿਹਾ, ਉਹ ਪਿਆਰ ਸਾਡਾ ਬਰਕਰਾਰ ਰਹਿਣਾ ਚਾਹੀਦਾ, ਕੋਈ ਕਿਸੇ ਦੀ ਕੋਈ ਇਸ ਤਰ੍ਹਾਂ ਦੀ ਆਪਸ ਦੇ ਵਿੱਚ ਨਹੀਂ ਹੋਣੀ ਚਾਹੀਦੀ। ਪਿਆਰ ਮੁਹੱਬਤ ਦੇ ਨਾਲ ਆਪਾਂ ਰਹਿ ਕੇ ਪੰਜਾਬ ਨੂੰ ਹੋਰ ਮਜ਼ਬੂਤ ਕਰੀਏ, ਅਤੇ ਸਿੱਖ ਸਾਡੇ ਭਰਾ ਨੇ, ਵੱਡੇ ਭਰਾ ਨੇ, ਔਰ ਇੱਕ ਦਲੇਰ ਮਜ਼ਬੂਤ ਕੌਮ ਹੈ, ਸਿੱਖ ਕੌਮ ਹੈ, ਜਿਹਦੇ ਉੱਪਰ ਸਾਨੂੰ ਫਖਰ ਹੈ, ਮਾਣ ਕਰਨੇ ਆਪਾਂ। ਫਗਵਾੜਾ ਦੇ ਵਿੱਚ ਆਸ਼ੂ ਦੀ ਹੱਟੀ ਦਾ ਖੁੱਲਾ ਚੈਲੰਜ, ਜਿੱਥੋਂ ਤੁਹਾਨੂੰ ਮਿਲਣਗੇ ਸ਼ਹਿਰ ਵਿੱਚ ਸਭ ਤੋਂ ਸਸਤੇ ਰੇਟ ਤੇ ਸੂਟ, ਲਹਿੰਗੇ, ਸਾੜੀਆਂ ਤੇ ਪਲਾਜ਼ੋ। ਆਸ਼ੂ ਦੀ ਹੱਟੀ ਦਾ ਇੱਕ ਹੀ ਵਾਅਦਾ, ਤੁਹਾਨੂੰ ਮਿਲਣਗੇ ਵਧੀਆ ਕੁਆਲਿਟੀ ਦੇ ਕੱਪੜੇ, ਪਰ ਰੇਟ ਨਹੀਂ ਹੋਵੇਗਾ ਜ਼ਿਆਦਾ। ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਆਸ਼ੂ ਦੀ ਹੱਟੀ, ਓਪੋਜ਼ਿਟ ਬੱਸ ਸਟੈਂਡ, ਫਗਵਾੜਾ।